Hi and assalamu alaikum to all the beautiful people watching. Assalamu alaikum. I'll tell you what, a lot of you people have been waiting for this day. For Mama Bear to make a nice sweet dish in the kitchen. She's ready, she's all fired up. Inshallah. Pehle te tare sab da bahut bahut shukriya ke tusi mera kitchen aina pasand kita. Thank you so much tan sab da. God bless you every single person. Ji, te inshallah pehli cooking ma karan lagi ha muttanjan banan lagi ha. ਤੇ ਮੈਂ ਕਿਹਾ ਚਲੋ ਤੁਹਾਡੀ ਆਪਣੀ ਫੈਮਿਲੀ ਨਾਲ ਵੀ ਸ਼ੇਅਰ ਕਰੀਏ ਜੀ ਸੋ ਮਾਮਾ ਬੇ ਇਸ ਮੇਕਿੰਗ ਮੁਤੰਜਨ ਸਵੀਟ ਡਿਸ਼ ਬਣਾਵਾਂਗੇ ਜੀ ਵਿਚ ਇਜ਼ ਮੇਕਿੰਗ ਮੁਤੰਜਨ ਯਾਨੀ ਕਿ ਹਾਂ ਜ਼ਰਦਾ ਮਿੱਠੇ ਚਾਵਲ ਬਿਲਕੁਲ ਜ਼ਰਦਾ ਕਹਿ ਲਓ ਜੀ ਮੁਤੰਜਨ ਸੋ ਬਿਊਟੀਫੁਲ ਇਨਗਰੀਡੀਐਂਟਸ ਗੋਇੰਗ ਇਨ ਸੱਚ ਵਾਈਬ੍ਰੈਂਟ ਕਲਰਸ ਆਮ ਸ਼ੋਰ ਯੂ ਗਾਇਜ਼ ਵਿਲ ਇੰਜੋਏ ਇਟ ਐਸ ਮੱਚ ਐਸ ਮਾਮਾ ਬੇ ਵਿਲ ਇੰਜੋਏ ਮੇਕਿੰਗ ਇਟ ਮੇਰੀ ਪੂਰੀ ਫੈਮਿਲੀ ਨੇ ਕਿਹਾ ਸੀ ਕਿ ਸਭ ਤੋਂ ਪਹਿਲੀ ਚੀਜ਼ ਬਣਨੀ ਚਾਹੀਦੀ ਹੈ ਮਿੱਠਾ ਮਿੱਠਾ ਥੈਂਕ ਯੂ ਸੋ ਮਚ ਇਨਸ਼ਾਅੱਲਾ ਤਾਲਾ ਇਹ ਪਹਿਲਾ ਵਲੌਗ ਹੈ ਮਿਸਿਸ ਬੇਗਮ ਦਾ ਨਵੇਂ ਕਿਚਨ ਚ ਲੇਕਿਨ ਇਹ ਆਖਰੀ ਵਲੌਗ ਨਹੀਂ ਹੈ ਯੂ ਮਸਟ ਕੀਪ ਵਾਚਿੰਗ ਦੇਖਦੇ ਜਾਓ ਮਿਸਿਸ ਬੇਗਮ ਹੱਸਦੇ ਵਸਦੇ ਰਹੋ ਜੀ ਹੱਸਦੇ ਵਸਦੇ ਰਹੋ ਸ਼ੁਰੂ ਹੋ ਜਾਓ ਚਲੋ ਥੈਂਕ ਯੂ ਗਾਇਸ ਲੈਟਸ ਗੋ ਟੇਕ ਅ ਲੁੱਕ ਐਟ ਦੀ ਇਨਗਰੀਡੀਐਂਟਸ ਫਰਸਟ ਐਂਡ ਸਟ੍ਰੇਟ ਫਰਮ ਦੀ ਇਨਗਰੀਡੀਐਂਟਸ ਵੀ ਆਰ ਗੋਇੰਗ ਟੂ ਮੇਕਿੰਗ ਮੁਤੰਜਨ ਲੈਟਸ ਗੋ ਥੈਂਕ ਯੂ ਸਭ ਤੋਂ ਪਹਿਲੇ ਨਾ ਮੈਂ ਪਾਣੀ ਉਬਾਲ ਲਵਾਂ ਚਾਵਲਾਂ ਦਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਚਾਵਲ ਵਿੱਚ ਪਾਤੇ ਨੇ ਤੇ ਹੁਣ ਜ਼ਰਾ ਮੈਂ ਚਾਵਲਾਂ ਨੂੰ ਉਬਾਲਾ ਆ ਗਿਆ ਅੱਛੀ ਤਰ੍ਹਾਂ ਚਾਵਲਾਂ ਨੂੰ ਉਬਾਲਾ ਆ ਗਿਆ ਚਾਵਲ ਨੂੰ ਡਰੇਨ ਕਰ ਲਿੱਤੇ ਨੇ ਤੇ ਹੁਣ ਮੈਂ ਨਾ ਰੰਗ ਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਤੇ ਚਾਵਲਾਂ ਨੂੰ ਮਿਕਸ ਕਰਨਾ ਥੋੜੇ ਥੋੜੇ ਇੱਕ ਯੈਲੋ ਕਲਰ ਹੈ ਇੱਕ ਰੈੱਡ ਕਲਰ ਹੈ ਤੇ ਇੱਕ ਗ੍ਰੀਨ ਹੁਣ ਨੈਕਸਟ ਸਟੈਪ ਹੈਗਾ ਕਿ ਚਾਵਲ ਥੋੜੇ ਥੋੜੇ ਅਰਚ ਪਾਵਾਂਗੀ ਤੇ ਨਾਲੇ ਮਿਕਸ ਕਰ ਲਾਂਗੀ ਅੱਛੀ ਤਰ੍ਹਾਂ ਚਾਵਲ ਹੁਣ ਰੈਡੀ ਹੋ ਗਏ ਨੇ ਕਲਰਫੁੱਲ ਹੋ ਗਏ ਨੇ ਨਾਈਸ ਤੇ ਹੁਣ ਮੈਂ ਦੂਸਰਾ ਸਟੈਪ ਤੁਹਾਨੂੰ ਦੱਸਾਂ ਘਿਓ ਪਾ ਲਓਗੀ ਫਿਰ ਇਲਾਚੀ ਤੇ ਲੌਂਗ ਇੱਕ ਜਾਂ ਦੋ ਮਿੰਟ ਤੱਕ ਨਹੀਂ ਥੋੜ੍ਹਾ ਜਿਹਾ ਬਸ ਫਰਾਈ ਕਰ ਲਓ ਅਤੇ ਫਿਰ ਉਸ ਤੋਂ ਬਾਅਦ ਡਰਾਈ ਫਰੂਟ ਪਾਉਣੀ ਪਿਸਤਾ ਇਹਨੂੰ ਆਵੇ ਇੱਕ ਮਿੰਟ ਤੱਕ ਨਹੀਂ ਹਲਕਾ ਜਿਹਾ ਬਸ ਕਰ ਲਓ ਥੋੜ੍ਹਾ ਜ਼ਿਆਦਾ ਨਹੀਂ ਲਾਲ ਕਰਨਾ ਬਸ ਹਲਕਾ ਜਿਹਾ ਥੋੜ੍ਹਾ ਜਿਹਾ ਨੈਕਸਟ ਹੁਣ ਚੀਨੀ ਪਾ ਦਿਓ ਨਾਲ ਹੀ ਇਹਦੇ ਮਿਲਕ ਜ਼ਰਾ ਚਾਸਣੀ ਥੋੜ੍ਹੀ ਹੁਣ ਬਣਾ ਦਿਓ ਹੁਣ ਦੋ ਮਿੰਟ ਇਹਨੂੰ ਕਵਰ ਕਰਕੇ ਪਕਾਉਂਦੇ ਹਾਂ ਸਾਰੇ ਚੀਜ਼ਾਂ ਬਸ ਚਾਸਣੀ ਜੀ ਹੋ ਗਈ ਹੈ ਤੇ ਹੁਣ ਮੈਂ ਚਾਵਲ ਪਾਉਣ ਲੱਗੀ ਚਾਵਲਾਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਓ ਤੇ ਹੁਣ ਥੋੜ੍ਹੀ ਦੇਰ ਚਾਵਲ ਪੱਕਣਗੇ ਥੋੜ੍ਹਾ ਜਿਹਾ ਪਾਣੀ ਡਰਾਈ ਹੋਏਗਾ ਤੇ ਫਿਰ ਦਮ ਲਾਉਂਦੇ ਹਾਂ ਥੋੜ੍ਹਾ ਜਿਹਾ ਪਿਓਰਾ ਵਿੱਚ ਪਾ ਦਈਏ ਹੁਣ ਆ ਗਈ ਹੈ ਵਾਰੀ ਦਮ ਲਾਉਣ ਦੀ ਹੁਣ ਸਭ ਤੋਂ ਪਹਿਲੇ ਇੱਕ ਸਾਈਡ 'ਤੇ ਚਾਵਲ ਇਹ ਪਾ ਦਿਓ ਇੱਕ ਸਾਈਡ 'ਤੇ ਇਹ ਚੈਰੀਆਂ ਵਿੱਚ ਪਾ ਦਿਓ ਹੁਣ ਥੋੜ੍ਹੀਆਂ ਥੋੜ੍ਹਾ ਜਿਹਾ ਖੋਇਆ ਹੁਣ 10 to 15 ਮਿੰਟ ਵਾਸਤੇ ਦਮ ਤੇ ਰੱਖ ਦਿਓ ਵਾਹ 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 ਮਿਸਿਸ ਬੇਗਮ
ਮੈਨੂੰ ਹਾਲੇ ਮਿਸਿਸ ਬੇਗਮ ਨੇ ਟੱਕਣ ਨਹੀਂ ਚੁੱਕਿਆ ਹਾਂਜੀ ਤੇ ਰੰਗ ਨਜ਼ਰ ਆ ਰਿਹਾ ਕਲਰਫੁਲ ਹੈਗਾ ਜੀ ਦੈਟਸ ਬਿਊਟੀਫੁਲ ਜੀ ਮਾਸ਼ਾਅੱਲਾ ਬਹੁਤ ਅੱਛਾ ਬੰਦਾ ਪਿਆ ਹੁਣ ਆਪਣੀ ਫੈਮਿਲੀ ਨੂੰ ਦਿਖਾਵਾਂਗੇ ਤੇ ਦੇਖਣਗੇ ਕਿਹੋ ਜਿਹਾ ਲੱਗਦਾ ਇਨਸ਼ਾਅੱਲਾ ਅਸੀਂ ਖਾ ਕੇ ਵੀ ਦੱਸਾਂਗੇ ਆਪਣੀ ਫੈਮਿਲੀ ਨੂੰ ਜੀ ਜੀ ਤੁਸੀਂ ਵੀ ਸਾਰੇ ਆਓ ਤੇ ਸਾਡਾ ਮਤੰਜਨ ਖਾਓ ਸੋ ਬਿਸਮਿਲ੍ਲਾ ਇਨਸ਼ਾਅੱਲਾ ਮਤੰਜਨ ਵਾਹ ਮਿਸਿਸ ਬੇਗਮ ਇੱਕ ਗੱਲ ਹੈ ਜੀ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੈ ਇਟਸ ਫੈਂਟਾਸਟਿਕ ਹਾਂਜੀ ਬਿਲਕੁਲ ਉਹਨਾਂ ਚ ਕਮੈਂਟ ਸਕੂਨ ਨਹੀਂ ਮਿਲਦਾ ਜਿੰਨਾ ਤੱਕ ਨਾਈਸ ਹਾਂ ਐਂਡ ਆਈ ਥਿੰਕ ਦ ਬਿਊਟੀਫੁਲ ਫੈਮਿਲੀ ਤੁਸੀਂ ਵੀ ਪਸੰਦ ਕਰਦੇ ਹੋ ਹਾਂਜੀ ਬਿਲਕੁਲ ਦੈਟਸ ਜਸਟ ਗ੍ਰੇਟ ਵੈਲਕਮ ਥੈਂਕ ਯੂ ਲਵ ਯੂ ਆਲ ਥੈਂਕ ਯੂ ਵਾਹ ਮਾਸ਼ਾਅੱਲਾ ਮਾਸ਼ਾਅੱਲਾ ਬਿਸਮਿਲ੍ਲਾ ਬਹੁਤ ਅੱਛੇ ਬਣੇ I've got to say guys Mama Bear has done wow look at it mashallah bahut mazedar bane hai bahut hi acha bane so colorful so vibrant mashallah mom well done shaadiyan wala bane hai bahut acha shaadiyan wala pakistan de shaadiyan wala this is begum pakistan jaisi chamcham hi kehne hai lekin rasgulle bhi keh sakte ho rasgulle bhi kaho main upar laawangi na un chawlan de ji shaadiyan wala ki kiya si shaadiyan wala mutanjan mutanjan phir zahir hai ki edi shaadi te banega ha inshaallah edi shaadi te inshaallah inshaallah right that's beautiful it's looking tasty bahut tasty lag raha hai mazedar thank you tusi sare khao te taste karo inshallah tusi bhi sare aao te mutanjan you know what I would like to say main ye zarur kahunga apne beautiful family ko ye tusi recipe dekhi haan ji pasand kiti zahir baat hai inshallah bilkul ji tuhade comments padne te inna maza aunda bada khushi hundi hai ji te main te hun ehi aasa ke tusi bhi banao te assa ki khilao haan mix dega maali assi bhi tar bulaiye te khwaiye inshallah so bismillah thank you so bismillah ਥੋੜਾ ਜਿਹਾ ਖੋਇਆ ਵੀ ਉੱਤੇ ਪਾ ਦੇ ਤੁਸੀਂ ਲਵੋ ਪਹਿਲੇ ਲਓ ਜੀ ਮਿਸਿਸ ਬੇਗਮ ਬਿਸਮਿਲ੍ਲਾ ਕਰੋ ਬਿਸਮਿਲ੍ਲਾ ਰਹਿਮਾਨ ਰਹੀਮ ਐ ਚਮਚ ਨਹੀਂ ਤੁਸੀਂ ਵੀ ਸਾਰੇ ਆਓ ਤੇ ਖਾਓ ਸਾਡੀ ਫੈਮਿਲੀ ਆ ਸਾਡੀ ਫੈਮਿਲੀ ਵਾਸਤੇ ਇਨਸ਼ਾਅੱਲਾ ਮਿਸਿਸ ਬੇਗਮ ਮਾਸ਼ਾਅੱਲਾ ਬਹੁਤ ਨਾਈਸ ਬਣੇ ਨੇ ਬਹੁਤ ਨਾਈਸ ਹੈ ਐਬਸੋਲੂਟਲੀ ਡਿਲੀਸ਼ੀਅਸ ਖਾਓ ਖਾਓ ਬਹੁਤ ਵਧੀਆ ਅਲਹਮਦੁਲਿਲਾ ਅੱਜ ਮਤੰਜਨ ਖਾਣ ਦਾ ਮਜ਼ਾ ਆ ਗਿਆ ਜੀ ਬਹੁਤ ਮਜ਼ੇਦਾਰ ਬਣਿਆ ਜੀ ਵਾਹ ਜੀ ਵਾਹ ਇਹ ਲੋ ਇੱਕ ਰਸਗੁੱਲਾ ਵੀ ਖਾਓ ਲੋ ਜੀ ਇਹ ਵੀ ਲੋ ਚਾਵਲਾਂ ਨਾਲ ਰਸਗੁੱਲਾ ਵੀ ਖਾਈਏ ਜੀ ਮਾਸ਼ਾਅੱਲਾ ਫੈਂਟੈਸਟਿਕ ਬਹੁਤ ਮਜ਼ੇਦਾਰ ਨਾਈਸ ਨਾਈਸ ਵਾਹ ਤੁਸੀਂ ਵੀ ਆਓ ਦੇਖਾਓ ਤੁਸੀਂ ਵੀ ਸਾਰੇ ਆਓ ਤੇ ਸਾਨਾ ਖਾਓ ਮਿੱਠੂ ਮਤੰਜਨ ਖਾਓ There we are guys. Wow. Mama Bear can't stop eating it. Mashallah bahut acha banaya ji. Honest to God, I haven't tasted it just yet. I will inshallah, you know, I'm not hungry at the moment. Kyunki hum aaj zyada mitha nahi khande shuru. Yeah, I'm not really a sweet kind of well, I am a sweet person but lekin aaj khana pega. Bas mare kyunki kitchen banane ki khushi chi inshallah. Yeah, inshallah, but Papa Bear's got a very, you know, you've got a sweet tooth, haven't you? Tusi de mitha. I've got a sweet tooth, I've got a sweet heart. Thank you. Do not forget the ingredients the recipe will be in the description make sure to check it out and yeah now we can say Allah Hafiz haan ji khuda hafiz like share comment and subscribe don't forget to hit the tally as well salamat raho hamesha yes and we'll see you inshallah in the next one love you all Allah Hafiz